ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਵੱਡਾ ਖੁਲਾਸਾ ਕੀਤਾ। ਅੰਮ੍ਰਿਤਪਾਲ ਦੇ ਕਾਗਜ਼ ਰੱਦ ਕਰਾਉਣ ਲਈ ਵਿਰੋਧੀ ਪਾਰਟੀਆਂ, ਸੈਂਟਰ ਗੌਰਮੈਂਟ ਤਿਆਰੀ ਕਰ ਰਹੀ ਹੈ। ਖਡੂਰ ਸਾਹਿਬ ਦੀ ਸੀਟ 'ਤੇ ਬੁਖਲਾਹਟ ਚੱਲ ਪਈ ਹੈ ਵਿਰੋਧੀ ਪਾਰਟੀਆਂ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਉੱਥੋਂ ਨਾਮਜ਼ਦਗੀ ਦਾਖਲ ਕਰਨ ਜਾ ਰਹੇ ਨੇ ਅਤੇ ਜਲਦੀ ਹੀ ਉੱਥੋਂ ਜਿੱਤ ਵੀ ਜਿਹੜੀ ਹੈ ਉਹਨਾਂ ਦੀ ਪੱਕੀ ਹੈ। ਉਹਨਾਂ ਨੇ ਵੱਡੀ ਲੀਡ ਨਾਲ ਵੱਡੀ ਜਿਹੜੀ ਹੈ ਜਿੱਤ ਹਾਸਲ ਕਰਨੀ ਹੈ, ਇਤਿਹਾਸਕ ਜਿੱਤ ਹਾਸਲ ਕਰਨੀ ਹੈ, ਕਿਉਂਕਿ ਖਡੂਰ ਸਾਹਿਬ ਵਾਲੇ ਪੱਕਾ ਮਨ ਬਣਾਈ ਬੈਠੇ ਆ। ਬੜਾ ਦੁੱਖ ਲੱਗਦਾ ਜਦੋਂ ਆਪਾਂ ਕੁਝ ਵੀਡੀਓ ਦੇਖਦੇ ਹਾਂ। ਕਈ ਪੱਤਰਕਾਰ ਇਹੋ ਜਿਹੇ ਹੁੰਦੇ ਆ ਨਾ, ਜਿਹੜੇ ਪੁਰਾਣੇ ਬਾਬਿਆਂ ਦੇ ਜਾ ਕੇ ਮੂੰਹ 'ਚ ਮੈਂਕ ਸੁੱਟ ਦਿੰਦੇ ਆ ਵੀ ਭਾਈ ਸਾਹਿਬ ਜੀ ਅੰਮ੍ਰਿਤਪਾਲ ਬਾਰੇ ਕਿਵੇਂ ਸੋਚਦੇ ਹੋ। ਕਈ ਲੋਕਾਂ ਦਾ ਠੇਕਾ ਲਿਆ ਹੋਇਆ ਵੀ ਅਸੀਂ ਬਦਨਾਮ ਕਰੀਏ, ਅਤੇ ਕਈ ਸਾਡੇ ਬਾਬੇ ਇਹੋ ਜਿਹਾ ਜਿਹੜੇ ਕਹਿੰਦੇ ਅਸੀਂ ਤਾਂ ਤੱਕੜੀ ਨੂੰ ਪਾਉਂਦੇ ਆਇਆ ਜੀ, ਤੱਕੜੀ ਨੂੰ ਹੀ ਪਾਵਾਂਗੇ। ਉਹ ਸਾਡੇ ਬਾਬੇ ਨਾ ਤੱਕੜੀ ਨਾਲ ਜੁੜੇ ਹੋਏ ਸੀ ਅਤੇ ਤੱਕੜੀ ਨਾਲ ਜੁੜੇ ਸੀ, ਕਹਿੰਦੇ ਤੱਕੜੀ ਨੂੰ ਹੀ ਪਾਵਾਂਗੇ। ਉਹਨਾਂ ਨੇ ਕਦੇ ਹੋਰ ਬਾਰੇ ਸੋਚਿਆ ਹੀ ਨਹੀਂ, ਕਸੂਰ ਉਹਨਾਂ ਦਾ ਨਹੀਂ। ਉਹਨਾਂ ਨੂੰ ਸ਼ਾਸਕ ਹੀ ਇਹੋ ਜਿਹੇ ਬਣਾ ਕੇ ਦਿੱਤੇ ਗਏ ਵੀ ਤੱਕੜੀ ਬਾਰੇ ਸੋਚੋ। ਅੰਮ੍ਰਿਤਪਾਲ ਦੀ ਹਵਾ ਹੋਵਾ ਨਹੀਂ ਹੈਗੀ। ਅੱਜ ਕੱਲ੍ਹ ਦੇ ਸ਼ੋਰ ਜੇ ਕਹਿੰਦੇ ਉੱਡੇ ਫਿਰਦੇ ਆ, ਸਾਡੀਆਂ ਉਮਰਾਂ ਲੰਘ ਗਈਆਂ ਅਤੇ ਸਾਧ ਸੰਗਤ ਤੁਹਾਡੀਆਂ ਉਮਰਾਂ ਲੰਘ ਗਈਆਂ ਅਤੇ ਤੁਸੀਂ ਪੰਥ ਲਈ ਕੀ ਕੀਤਾ? ਕੋਈ ਇੱਕ ਪ੍ਰਾਪਤੀ ਗਿਣਾਓ, ਅਕਾਲੀ ਦਲ ਦੀ ਪ੍ਰਾਪਤੀ ਗਿਣਾਓ ਅਤੇ ਤੁਸੀਂ ਕੋਈ ਤੱਕੜੀ ਦੀ ਪ੍ਰਾਪਤੀ ਗਿਣਾਓ। ਤੁਸੀਂ ਭੁੱਲ ਗਏ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਤੁਸੀਂ ਭੁੱਲ ਗਏ ਆ ਸੰਗਤ 'ਤੇ ਕੀਤੀਆਂ ਹੋਈਆਂ ਗੋਲੀਆਂ ਦੇ ਵਾਰ, ਅਤੇ ਤੁਸੀਂ ਭੁੱਲ ਗਏ ਆ ਗੁਰੂ ਗ੍ਰੰਥ ਸਾਹਿਬ ਦੇ ਫਟੇ ਹੋਏ ਅੰਗਾਂ ਨੂੰ, ਤੁਸੀਂ ਭੁੱਲ ਗਏ ਆ ਗੁਰੂ ਗ੍ਰੰਥ ਸਾਹਿਬ ਦੇ ਗਲੀਆਂ 'ਚ ਖਿਲਾਰੇ ਹੋਏ ਅੰਗਾਂ ਨੂੰ, ਅਤੇ ਸ਼ਰਮ ਕਰੋ ਜਿਹੜੇ ਹਲੇ ਵੀ ਕਹਿੰਦੇ ਆ ਤੱਕੜੀ। ਮੈਂ ਕੋਈ ਪਾਰਟੀਆਂ ਦਾ ਵਿਰੋਧ ਨਹੀਂ ਕਰਦਾ, ਮੈਂ ਵਿਰੋਧ ਕਰਦਾ ਉਹਨਾਂ ਦਾ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਦੇ ਆ। ਅਤੇ ਯਾਦ ਰੱਖਿਓ ਸਾਧ ਸੰਗਤ, ਜੇ ਅੱਜ ਖਡੂਰ ਸਾਹਿਬ ਦੇ ਲੋਕ ਪੱਕਾ ਮਨ ਬਣਾਉਂਦੇ ਨੇ, ਹਾਲਾਂਕਿ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਨੇ, ਬੜੇ ਲੋਕਾਂ ਨੇ, ਜਥੇਬੰਦੀਆਂ ਨੇ, ਸਾਡੇ ਕਬੱਡੀ ਵਾਲੇ ਵੀਰਾਂ ਨੇ, ਮੈਂ ਕਈ ਵਾਰ ਵੇਖਦਾ, ਅਤੇ ਉਹ ਲੋਕ ਜਿਨ੍ਹਾਂ ਤੋਂ ਆਸ ਵੀ ਨਹੀਂ ਸੀ ਉਹਨਾਂ ਨੇ ਵੀ ਸਪੋਰਟ ਕਰਤੀ, ਕਹਿੰਦੇ ਭਾਈ ਸਾਹਿਬ ਸੰਗਤ ਜੀ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਿਓ, ਘੱਟੋ ਘੱਟ ਇੱਕ ਸੀਟ 'ਤੇ ਏਕਾ ਬਣਾ ਦਿਓ, ਬਾਕੀ ਵਿਰੋਧੀ ਪਾਰਟੀਆਂ ਨੂੰ ਇਹ ਕਰਨ ਹੋ ਜਾਣ ਵੀ ਹਾਂ ਲੋਕ ਜਾਗਦੇ ਆ, ਵੀ ਲੋਕਾਂ ਦੇ ਵਿੱਚ ਜਾਗਰੂਕਤਾ ਹੈ, ਬਈ ਲੋਕ ਤਾਂ ਜਾਗਦੇ ਆ, ਲੋਕਾਂ ਦੇ ਵਿੱਚ ਇੰਨੀ ਕੁ ਜਾਗਰੂਕਤਾ ਹੈ, ਲੋਕ ਜਾਗ ਰਹੇ ਆ, ਇਹ ਇੰਨਾ ਕੁ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ। ਸਾਧ ਸੰਗਤ, ਅਸੀਂ ਕਿਉਂ ਨਹੀਂ ਇਹਨਾਂ ਗੱਲਾਂ 'ਤੇ ਸਹਿਮਤੀ ਬਣਾ ਰਹੇ? ਅਸੀਂ ਇਹਨਾਂ ਗੱਲਾਂ 'ਤੇ ਸਹਿਮਤੀ ਕਿਉਂ ਨਹੀਂ ਬਣਾ ਪਾ ਰਹੇ? ਸਾਧ ਸੰਗਤ, ਇਸ ਕਰਕੇ ਕਿਉਂਕਿ ਯਾਦ ਰੱਖਿਓ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਅਤਿ ਜ਼ਰੂਰੀ ਹੈ। ਮੈਂ ਫਿਰ ਬੇਨਤੀਆਂ ਕਰ ਦੇਵਾਂ ਕਿ ਅੰਮ੍ਰਿਤਪਾਲ ਸਿੰਘ ਦਾ ਜਿੱਤਣਾ ਬਹੁਤ ਜ਼ਰੂਰੀ ਹੈ। 2019 ਦੇ ਵਿੱਚ ਜਿਹੜਾ ਕਲੰਕ ਅਸੀਂ ਲੈ ਲਿਆ ਨਾ, ਉਹ ਹੁਣ ਧੋਣ ਦਾ ਵੇਲਾ। ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਯਾਦ ਰੱਖਿਓ ਇੰਨੀ ਵੱਡੀ ਬੁਖਲਾਹਟ ਪਾਰਟੀਆਂ ਦੀ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਅਤੇ ਨਾਮਜ਼ਦਗੀ ਰੱਦ ਕਰਵਾਈ ਜਾ ਰਹੀ ਹੈ। ਕਹਿੰਦੇ ਜੀ ਬੰਦਾ ਕਿਵੇਂ ਜਿਹੜਾ ਹੈ ਉਹ ਚੋਣ ਲੜ ਸਕਦਾ, ਬੰਦੇ 'ਤੇ NSA ਲੱਗਿਆ ਹੋਇਆ, ਇੰਜ ਹੋਇਆ। ਵਿਰਸਾ ਸਿੰਘ ਬਲਟੋਹਾ ਵਰਗੇ ਕਹਿੰਦੇ ਸਾਡੇ 'ਤੇ NSA ਲੱਗੀ ਸੀ। ਜੇ ਇਹਨਾਂ 'ਤੇ NSA ਲੱਗੀ ਸੀ ਅਤੇ ਇਹ ਅੱਜ ਚੋਣ ਲੜ ਰਹੇ ਨੇ, ਅੱਜ ਅੰਮ੍ਰਿਤਪਾਲ ਸਿੰਘ 'ਤੇ ਲੱਗੀ ਹੋਈ ਹੈ ਅਤੇ ਉਹਨੂੰ ਚੋਣ ਲੜਨ ਦਾ ਅਧਿਕਾਰ ਕਿਉਂ ਇਹ ਲੋਕ ਜਿਹੜਾ ਗੈਰ ਸੰਵਿਧਾਨਕ ਕਹਿ ਰਹੇ? ਸਾਧ ਸੰਗਤ, ਯਾਦ ਰੱਖਿਓ ਅੱਜ ਅੰਮ੍ਰਿਤਪਾਲ ਸਿੰਘ ਦੇ ਜੇ ਹੱਕ 'ਚ ਖੜ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਸ਼ਾਬਾਸ਼ ਦੇਣਗੀਆਂ ਕਿ ਸਾਡੇ ਬਾਬੇ ਦਾਦੇ ਬਜ਼ੁਰਗ ਜਾਗਦੇ ਸੀ, ਸਾਡੇ ਤੋਂ ਸਿੱਖਿਆ ਲੈਣਗੇ। ਜੇ ਅਸੀਂ ਅੱਜ ਉਹੀ ਕੰਮ ਕਰ ਗਏ ਤਾਂ ਯਾਦ ਰੱਖਿਓ ਕਹਿਣਗੇ ਸਾਡੇ ਵਾਲਿਆਂ ਨੇ ਕਿਹੜਾ ਕਦੂ 'ਚ ਤੀਰ ਮਾਰਤੇ, ਇਹੋ ਜਿਹੇ ਕੰਮ ਉਹਨਾਂ ਨੇ ਕੀਤੇ ਉਹੋ ਜਿਹੇ ਅਸੀਂ ਕਰਾਂਗੇ। ਵਿਰੋਧੀ ਪਾਰਟੀਆਂ ਨੂੰ ਜਵਾਬ ਦੇਣਾ, ਕਰਾਰਾ ਜਵਾਬ ਦੇਣਾ, ਇਸ ਤੋਂ ਬਿਹਤਰ ਮੌਕਾ ਸਾਡੇ ਕੋਲ ਹੋਰ ਨਹੀਂ ਹੋ ਸਕਦਾ ਕੋਈ।
ਤੇ ਜਿਹੜੇ ਬਾਬੇ ਕਹਿੰਦੇ ਨਾ ਵੀ ਅਸੀਂ ਤੱਕੜੀ ਨੂੰ ਵੋਟ ਪਾਵਾਂਗੇ, ਤੁਸੀਂ ਤੱਕੜੀ ਨੂੰ ਪਾਈ ਚੱਲੋ, ਜਿਹਨੂੰ ਮਰਜ਼ੀ ਪਾ ਦਿਓ ਤੁਹਾਡਾ ਮਨ ਹੈ, ਪਰ ਦੂਜਿਆਂ ਨੂੰ ਇਹ ਨਾ ਕਹੋ ਕਿ ਹਾਂ ਭਾਈ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਮਗਰ ਕੀ ਕਰਨ ਤੁਰਦੇ ਫਿਰਦੇ ਹੋ, ਅਕਾਲੀ ਦਲ ਦੇ ਮਗਰ ਕੀ ਤੁਸੀਂ ਕਰਦੇ ਫਿਰਦੇ ਹੋ। ਜੇ ਤੁਹਾਨੂੰ ਮੋੜ ਕੇ ਸਵਾਲ ਕੀਤਾ ਜਾਏ ਕਿ ਤੁਸੀਂ ਬੰਦੀ ਸਿੰਘਾਂ ਦੇ ਮਸਲਿਆਂ 'ਤੇ ਅੱਜ ਬੋਲਦੇ ਹੋ ਅਤੇ ਅੱਜ ਅੰਮ੍ਰਿਤਪਾਲ ਸਿੰਘ ਜੇ ਚੋਣ ਲੜਦਾ ਕਦੇ ਉਹਦੇ ਹੱਕ 'ਚ ਭੁਗਤਦੇ ਸੀ ਅਤੇ ਸਾਨੂੰ ਪਤਾ ਲੱਗ ਗਿਆ ਵੀ ਜੇ ਤੁਸੀਂ ਪਾਵਰ 'ਚ ਆ ਗਏ ਕੱਲ੍ਹ ਨੂੰ ਤੁਸੀਂ ਵੀ ਸਾਥ ਨਹੀਂ ਦੇਣਾ, ਇਸ ਗੱਲ ਦਾ ਸਾਨੂੰ ਪੱਕਾ ਯਕੀਨ ਹੋ ਗਿਆ। ਸੋ ਸਾਧ ਸੰਗਤ, ਇਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਇੱਕ ਵੀ ਦਿਖਾਓ, ਇੱਕ ਵੀ ਗਿਣਤੀ ਕਰੋ ਅਤੇ ਅੰਮ੍ਰਿਤਪਾਲ ਸਿੰਘ ਜੇ ਚੋਣ ਲੜਨ ਲੱਗ ਗਿਆ ਤਾਂ ਅੱਜ ਉਹਦੇ ਇਹ ਵਿਰੋਧੀ ਬਣ ਗਏ। ਸਾਧ ਸੰਗਤ, ਇਹ ਗੱਲਾਂ ਨਹੀਂ ਹੁੰਦੀਆਂ। ਸੋ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀਆਂ ਜਿਹੜੀਆਂ ਨੇ ਰੱਦ ਕਰਵਾਉਣ ਦੇ ਲਈ ਇਹ ਲੋਕ ਚਾਲਾਂ ਬੜੀਆਂ ਚੱਲ ਰਹੇ ਨੇ ਕਿ ਉੱਥੋਂ ਚੋਣ ਨਾ ਲੜਨ, ਉੱਥੋਂ ਬੁਖਲਾਹਟ ਬੜੀ ਵੱਡੀ ਹੈ। ਲਾਲਜੀਤ ਸਿੰਘ ਭੁੱਲਰ ਬੁਖਲਾਹਟ ਕਰ ਗਿਆ ਅਤੇ ਯਾਦ ਰੱਖਿਓ ਵਿਰਸਾ ਸਿੰਘ ਵੱਲੋਂ ਵਲਟੋਹਾ ਵਲਕਾ ਜਿਹੜਾ ਹੈ ਉਹ ਬੁਖਲਾਹਟ ਦੇ ਵਿੱਚ ਹੈ, ਕੁਲਵੀਰ ਸਿੰਘ ਜੀਰਾ ਉਹ ਬੁਖਲਾਹਟ ਦੇ ਵਿੱਚ ਹੈ, ਜਿਹੜਾ ਕੋਈ ਹੋਰ ਹੈ ਉੱਥੋਂ ਉਹ ਵੀ ਡਰਿਆ ਹੋਇਆ। ਇਹ ਸਾਰੀਆਂ ਚੀਜ਼ਾਂ ਤੈਅ ਕਰਦੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨੀ ਹੈ। ਜਿੰਨਾ ਕੁਛ ਮਰਜ਼ੀ ਕਰ ਲਓ, ਬਸ ਸਰਕਾਰਾਂ ਕੋਈ ਚਾਲ ਨਾ ਚੱਲਣ, ਗੁਰੂ ਪਾਤਸ਼ਾਹ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।